क्या है यार, बड़ी दर्द की थी आस्था करी। अच्छा जो जैनी काट दी ना आस्था। अच्छा वो तड़ी जैनी कैसे काट दी ये नहीं पता, बड़ा दे पता भी नहीं चलता। मार दी नहीं सही, मार दी जैनी आशा सही। इन्हीं के पास एक आधी की सी मैं बाजी फोर्थ विच सा जदों ना मैं सिर विकना शुरू कीता 10 साल। आशा नु अज ना सहमा नु भी बड़ा शौक से, वो बड़े सोण जो काट दी सी। लेकिन वो ना आके ना मैं रोशनी विच मतलब रात नु कई दफा ते इंज हुंदा सी मैं बल्ब दी रोशनी च कर लैंदी सब। इत्थे मैं ते चरनाट छड़ पेन सिर च जो निकली आई दिमाग दे विच लिखां बोले कर लैंदी पक्कियां पक्कियां कच्चियां। आ गई है मुझे आ रही है तो उधर भी तो आ ही रही है। सिकरियां भी काटते थोड़े सर जी पर या नहीं सर दे सर दे वो दे बाजी दे। अच्छा सिकरी काटते ज्यादा तो होंदे नहीं होने बाजी। पता नहीं सिर कट दे ना तो वो फिर खुश्की होंदी है सिकरी होंदी जल्दी तो फिर नहीं। मेरे मियां ने तो जल्दी तो होना होंदी। अच्छा ऐसा डी खानदानी है पता कि मेरे अब्बा जी दी दाढ़ी च बाजी मेरे सीने ते जेड़े वाल सा ना उन च भी हुंदी है अब्बा जी दे ते जदो शेव करांदे है ना या छोटी करांदे ते दाढ़ी विच सारा चिट चिरैन होया हुंदा ते जैना नु ना बाजी तड़िया ना बाजी कहंदे ना तदर उहनां नु साडी खानदानी उहनूं तदर होई जांदी जे सिर च। आहो ते उहनूं विजन लाई फिर सिर ते नहीं ते जदों सर्दियां आ ना अपने आप टुट जाती है ते गर्मियां नु बेचारी नु ना हारश बड़ी होंदी सिकड़ नहीं जांदे बज्जे होंदे फिर हारश करदी है फिर कहंदी मामा मुझे बहुत हारश होती है मोटी जो खारश हो ज्यादा मेरी भैन ने रात दी रोशनी ओदे च वेख लंदी जी नजर सही है माशाल्लाह कराची वाली ना मेरी रात दे नेरे च स्कूल फुटबॉल सीनी है ना ते आशा दा वेखदियां ते ब्रीक लीखां कट के मार लैंदियां हुण ए हाल के ऐनक वेख के भी नहीं नजर आंदा कुछ भाई भाभी फाहरा दा याद है ना। हां इंज इंज करके हां ओ ते नेरे च ओनु ते बड़ी प्रैक्टिस है जुआ कटण दी नेरे च नहीं सिर्फ हाथ नु इंज हां हां इशारे नाल रात नु सुते पे ना बिस्तरे च रल के पागल किया अज दी औलाद बहुत तेज है सबा लेकिन भाभी साजदा जी भी अजकल दियां लादां च ला दे बाजी। हां नहीं भाई ओ ते बड़े सूलझे ने खास करके बच्चियां जिवें ने गजाईयां ना उस तरह गजियां मैनूं आपे बड़ी पसंद है
ਨੂਰੇ ਸਹਿਰ ਤਾਂ ਮੈਨੂੰ ਇੰਨੀ ਅੱਛੀ ਲੱਗਦੀ ਹੈ ਨਾ, ਮਾਸ਼ਾ ਅੱਲਾ ਨਸੀਬ ਚੰਗੇ ਕਰੇ ਸੁ। ਇੱਕ ਬੰਦਾ ਮਾਰਨ ਵਾਲਾ ਹੋਏ ਨਾ ਫਿਰ ਜਲਦੀ ਮੁੱਕਦੀਆਂ ਨੇ। ਹਾਂ ਲੋ, ਹਾਂ ਹੁਣ ਜੁਆਂ ਲਈ ਵੀ ਨੌਕਰ ਰੱਖੀਏ। ਅਸੀਂ ਤਾਂ ਇੰਝ, ਮੈਂ ਤਾਂ ਭਰੀ ਇੰਝ ਕਰਦੀ ਹੁੰਦੀ ਹਾਂ, ਇੱਕ ਕੱਢਦੀ ਜਾਂਦੀ ਸੀ, ਇੱਕ ਬਰੀਕ ਕੰਘੀ ਲੈ ਕੇ ਨਾ ਸੈਣੀ ਦੀ ਅਸੀਂ ਇੰਝ ਕੱਢਦੀ ਹਾਂ। ਮੇਰੀ ਨਿੱਕੀ ਭੈਣ ਦੇ ਨਾ ਉਹਨੂੰ ਬੜੀਆਂ ਪੈਂਦੀਆਂ ਨੇ, ਅਸੀਂ ਦੋਵਾਂ ਨੇ ਬਹਿ ਜਾਣਾ, ਇੱਕ ਕੱਢਦੀ ਜਾਂਦੀ ਸੀ, ਆਮੀ ਬਹਿ ਜਾਂਦੇ ਸਾਂ ਕੋਲ। ਸਭਾ ਤੇਰਾ ਜਿਸਮ ਕੰਮਦਾ ਪਿਆ? ਹਾਂਜੀ। ਕਿ ਹੱਥ ਕੰਮਦੇ ਨੇ ਪਏ? ਨਹੀਂ ਜਿਸਮ ਕਿਉਂ ਪਤਾ ਨਹੀਂ, ਇੰਝ ਹੀ ਹੁੰਦਾ ਭਾਜੀ, ਲੱਤ ਹਿੰਦੀ ਹੈ ਭਾਵੇਂ। ਮੈਨੂੰ ਤਾਂ ਹੱਥ ਵੀ ਕੰਮਦੇ ਲੱਗਦੇ ਨੇ। ਜੁਆਂ ਤੇ ਸਿਰ ਚ ਹਨ ਬਾਜੀ। ਚਾਚੀ ਸੀਮਾ ਜੀ ਨੇ ਮੇਰਾ ਰਿਸ਼ਤਾ ਕਰਾਇਆ ਸੀ ਨਾ, ਬੇਬੇ ਆਮਨਾ ਨੇ, ਉਹ ਨਾ ਕਿਤੇ ਨਾ ਸਭਾ ਮੈਂ ਜਾਣਾ ਨਾ ਉਹਨਾਂ ਦੇ ਘਰ, ਤੇ ਉਹਨਾਂ ਦੀ ਕੰਘੀ ਦੇ ਉੱਤੇ ਇੰਨੀ ਜੀ ਜੂਨ ਮਰੀ ਹੋਣੀ। ਅੱਛਾ। ਬਹੁਤ ਇੰਨੀ ਕੁ ਖੂਬਸੂਰਤ ਵਾਲ ਉਹਨਾਂ ਦੇ, ਐਡੀ ਐਡੀ ਮੋਟੀ ਗੁੱਤ, ਲੰਬੇ ਵਾਲ, ਪਰ ਜੂਆਂ ਦਾ ਵੀ ਅੰਤ। ਮੇਰਾ ਤਾਂ ਉੱਥੇ ਦਿਲ ਬਾਜ਼ਾਰ ਹੋ ਜਾਂਦਾ ਹੁੰਦਾ ਸੀ, ਮੈਨੂੰ ਖੁਦ ਜੂਆਂ ਕੱਢਣੀਆਂ ਪਸੰਦ ਹਨ, ਅਤੇ ਲੇਕਿਨ ਇੰਨੀ ਕੁ ਵੇਖ ਕੇ ਨਾ ਤਾਂ ਫਿਰ ਦਿਲ ਬਾਜ਼ਾਰ ਹੋ ਜਾਂਦਾ ਸੀ, ਮੁੱਕਦੀਆਂ ਹੀ ਨਹੀਂ ਹਨ। ਗੁੱਤ ਐਡੀ ਐਡੀ ਮੋਟੀ ਸੀ ਉਹਨਾਂ ਦੀ, ਹਲੇ ਵੀ ਹੈ, ਬਹੁਤ ਜ਼ਿਆਦਾ ਵਾਲ ਲੰਬੇ। ਤੁਹਾਡੇ ਸਿਰ 'ਚ ਹਰ ਕਿਸਮ ਦੀ ਹੈ? ਕਿਸ ਤਰ੍ਹਾਂ? ਮੈਂ ਛੋਟੀ ਵੱਡੀ ਵੀ, ਮੋਟੀ ਵੀ, ਜੇ ਨਹੀਂ ਭਰਿਆ ਸਿਰ ਪਿੱਡੇ ਵੀ, ਮਤਲਬ ਤੁਸੀਂ ਰਲਿਆ ਮਿਲਿਆ ਮਾਲ ਰੱਖਿਆ ਹੈ, ਭਰਿਆ ਸਿਰ ਰੱਖੋ ਭਾਈ। ਮੇਰੀਆਂ ਧੀਆਂ ਵਿਆਹ ਕਰਤੀਆਂ ਨੇ, ਤੂੰ ਆਉਂਦੀ ਹੈ ਅੱਜ? ਤੂੰ ਆਉਂਦੀ ਹੈ ਸ਼ਾਰੋ ਬਾਰ, ਰਾਤ ਨੂੰ ਕਿੱਡਾ ਡੇਰ ਬਹਿ ਕੇ ਉਹ ਜਾਂਦੀ ਹੈ। ਮੈਂ ਉਹਨੂੰ ਤੰਗ ਵੀ ਨਹੀਂ ਕਰਦੀ, ਮੈਂ ਨਹੀਂ ਉਹ ਜਾਣਾ ਨਾ ਉਹਨੇ ਬਾਹਰ, ਫਿਰ ਆਉਂਦੀ ਆ ਕੇ ਮਹੀਨਾ ਰਵਾਂਗੀ। ਸੱਚ ਵੀ ਆਉਂਦੀ ਉਂਝੀ ਕਰਦੀ ਹੈ, ਤੇ ਚਲੋ ਚੰਗੀ ਗੱਲ ਹੈ। ਦਿਲ 'ਚ ਵੜਨ ਲਈ ਨਾ ਬੜਾ ਇਨਸਾਨ ਨੂੰ ਸਮਝੌਤੇ ਵੀ ਕਰਨੇ ਪੈਂਦੇ ਆ। ਬਾਹਰ ਵਾਲਿਆਂ ਦਾ ਨਾ ਵੀ ਬਾਜੀ ਇਹ ਮਸਲਾ ਹੁੰਦਾ ਨਾ, ਫਿਰ ਉਹ ਬਾਹਰ ਵੀ ਜਾਣਾ ਨਾ, ਫਿਰ ਜੁਦਾਈਆਂ ਪੈ ਜਾਂਦੀਆਂ ਨੇ ਜ਼ਿਆਦਾ ਦੇਰ ਦੀ। ਉਹਦੇ ਮਾਮੂ ਦੀ ਬੇਟੀ ਦਾ ਨਾਮ ਹੀ ਕਪਸ਼ਾ। ਮੈਂ ਪਹਿਲੀ ਵਾਰ ਉੱਥੇ ਫਿਆਸ ਦੀ ਸ਼ਾਦੀ ਤੇ ਸੁਣਿਆ। ਤੁਸੀਂ ਇਹਦਾ ਨਾਂ ਰੱਖਿਆ? ਨਹੀਂ ਮੈਂ ਨਹੀਂ ਰੱਖਿਆ, ਲਤੀਫ ਦੇ ਦੋਸਤ ਨੇ ਜਿਹੜਾ ਉਧਰ ਇਸਲਾਮਾਬਾਦ ਰਹਿੰਦਾ ਹੋਣਾ, ਉਹਨੇ ਰੱਖਿਆ। ਇਹਦਾ ਮਤਲਬ ਦੁੰਬਾ ਹੈ। ਅੱਛਾ। ਉਹ ਆਂਦੀ ਤਦ ਫਿਰ ਦੁੰਬਾ ਹੈ ਬਾਜੀ। ਬਰਾਤ ਵਾਲੇ ਦਿਨ ਸ਼ਿਆਰ ਬਹੁਤ ਲੱਗਦੀ ਸੀ, ਉੱਤੀ ਹੈ ਸੋਹਣੀ ਬੜੀ ਹੈ, ਰੈੱਡ ਕਲਰ ਦਾ ਨਾ ਪਿਓਰ, ਉਹਨੇ ਰੈੱਡ ਪਾਇਆ ਸਾਡੇ। ਹੈ ਹੀ ਬੜੀ ਸੋਹਣੀ ਤੇ ਚੰਗੀ ਵੀ ਹੈ। ਮੋਟੀ ਜੂ ਫਿਰ ਪੜੀ ਜਾਂ ਕੰਗੀ ਸਭਾ ਪਹਿਲਾਂ ਮੈਂ ਫੇਰਾ ਜਿਹੜੀਆਂ ਮੋਟੀਆਂ ਜੂ ਬਾਅਦ ਚ ਫੇਰਨੀ ਆ, ਮੈਨੂੰ ਸਾਫ਼ ਕਰ ਲੈਂਦੋ ਪਹਿਲਾਂ, ਫਿਰ ਤੁਸੀਂ ਆਪ ਹੀ ਫੇਰ ਲਿਆ ਜੋ ਬੇਸ਼ੱਕ। ਅਜੇ ਵਾਲਾਂ ਚੜੀਆਂ ਨੂੰ ਕੰਘੀ ਨਾ ਨਿਕਲ ਜਾਂਦੇ ਜਿਹੜੀਆਂ ਥੱਲੇ, ਨਹੀਂ ਤਾਂ ਕਪਸ਼ਾਰੀ ਨਹੀਂ ਜੇ ਵੇਖ ਲੈਣੀ ਆ, ਇਹਨਾਂ ਨੂੰ ਵਹਾ ਲਿਆ ਕਰੋ, ਟਾਈਮ ਹੀ ਨਹੀਂ ਹੁੰਦਾ ਤੇ ਇਸ ਵੇਲੇ ਬਾਦ ਨਾ ਜਾਨੀ ਤੇ ਉਹ ਜਾਨੀ ਕੀ ਹੋ ਰਿਹਾ। ਮੈਨੂੰ ਫੋਨ ਆਉਂਦੀ ਸੀ ਕਿ ਉਹ ਵੇਖ ਲੈਣੀ ਆ, ਚਾਚੀਆਂ ਵੀ ਦੇ ਸਿਰ ਵੇਖ ਲੈਣੀ ਆ। ਆ ਹੁਣ ਜੇ ਉਹ ਬਾਹਰ ਗਿਆ, ਮੈਂ ਆਉਂਦੀ ਦੱਸਦੀ ਨਹੀਂ ਕਿ ਮੈਂ ਉੱਧਰ ਘੱਟ ਆਉਣੀ ਜਾਂਦੀ। ਅੱਛਾ ਅੱਛਾ ਅੱਛਾ। ਉਹ ਵੀ ਆਉਂਦੀ ਹੋਈ ਨਹੀਂ ਸੀ, ਮੈਂ ਤਾਂ ਦੱਸਿਆ ਨਹੀਂ ਕਿ ਮੈਨੂੰ ਗੁੱਸਾ ਵੀ ਤਾਂ ਨਹੀਂ ਚੜਦਾ। ਹੁਣ ਉਹ ਤੁਰ ਗਿਆ ਤੇ ਹੁਣ ਫੇਰਿਆਂ ਤੇ ਫੇਰੇ ਮਾਰਦੇ, ਹੁਣ ਉਹੀ ਆਸ ਪਾਏ ਤੇ ਉਹੀ ਮੈਂ। ਇਕਰਾ ਤੇ ਘੱਟ ਹੀ ਆਉਂਦੀ ਹੈ ਨਾ? ਨਹੀਂ ਸਗੋਂ ਇਕਰਾ ਤੇ ਆ ਜਾਂਦੀ ਜੀ, ਪਰ ਮੀਆਂ ਆਇਆ ਸੀ ਨਾ ਉਹ ਵੀ ਇੱਕ ਦੋ ਫੇਰਾ ਹੀ ਆਈ ਹੈ, ਜਾਂ ਸ਼ਾਦੀ ਦੇ ਵੜੇ।
ਉਹ ਪੇਕੇ ਨਹੀਂ ਜਾਣ ਦਿੰਦਾ ਜਦੋਂ ਆਉਂਦਾ, ਜਦੋਂ ਇੱਥੇ ਹੁੰਦਾ ਉਦੋਂ ਤੇ ਉਹ ਨਾਲ ਲੈ ਕੇ ਜਾ ਆ ਜਾਂਦਾ, ਤੇ ਜਦੋਂ ਫਿਰ ਉਂਝ ਕੱਲੀ ਹੋ ਗਿਆ ਤੇ ਫਿਰ ਮਹੀਨਾ 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 ਰਹਿ ਹੁੰਦੀ ਹੈ, ਪਰ ਉਹ ਸਖਤੀ ਰੱਖਦਾ ਆਉਂਦਾ ਘਰ ਚੱਲ ਕੇ, ਫਿਰ ਜਦੋਂ ਆਉਂਦਾ ਉਦੋਂ ਹੀ ਆ ਜਾਂਦਾ, ਆਦਤ ਉਹਦੀ ਭਾਂਪ ਗਈ ਐਵੇਂ ਤੇ ਨਾ ਦਿਲ 'ਚ ਬੜਨਾ ਵੜਦਾ, ਇਹ ਗੱਲਾਂ ਮਹਿਰਾ ਨਹੀਂ ਕਰਦੀ ਤੇ ਉਹ ਨਹੀਂ ਦਿਲ 'ਚ ਵੜੀ, ਉਹ ਗੁਜ਼ਾਰਦਾ ਹੀ ਸੀ ਵਕਤ, ਖੁਸ਼ੀ ਨਾਲ ਨਹੀਂ ਰਹਿੰਦਾ ਉਹਦੇ ਨਾਲ। ਇਹ ਭਾਈ ਸਿਆਣੀ ਚੰਗੀ ਗੱਲ ਵੀ ਹੈ, ਇਹ ਚੰਗੀ ਗੱਲ ਹੈ ਕਿ ਆਪਣੇ ਮੀਂਹ ਦੇ ਹਿਸਾਬ ਨਾਲ ਚੱਲੋ। ਮੈਨੂੰ ਇਹਦੀ ਤੁਸੀਂ ਬੇਟੀ ਨਹੀਂ ਵਹਾਈ, ਤੁਸੀਂ ਕਹਿੰਦੇ ਤੂੰ ਵਿਆਹ ਤੇ ਆਈ ਨਹੀਂ ਸੀ, ਕਿਹਦੀ ਬੇਟੀ? ਇਹਨਾਂ ਦੀ, ਜ਼ਾਰਾ? ਆਹੋ, ਮੈਂ ਨਹੀਂ। ਅੱਛਾ, ਜੇ ਵੇਖਣੀਆਂ ਦੇ ਵਿੱਚ ਹੈ ਤੇ ਮਹਿੰਦੀ ਵਾਲੀ ਤਸਵੀਰਾਂ 'ਚ, ਫਾਤਮਾ ਦੀ 'ਚ ਹੈ, ਉਹ ਮੂਵੀ ਮੂਵੀ ਤਾਂ ਲਿਆਈ ਨਹੀਂ ਨਾ ਜ਼ੈਨੀ ਦੀ, ਉਹਦੇ 'ਚ ਵੀ ਹੋਏਗੀ। ਬੜੀ ਪਿਆਰੀ ਹੈ ਸਭਾ ਤੇ ਬਹੁਤ ਅੱਛੀ ਹੈ। ਅੱਛਾ, ਮਾਸੂਮ ਜਿਹੀ ਹੈ, ਮਾਸੂਮ ਜਿਹੀ ਹੈ, ਹਲੇ ਤੇ 16 ਸਾਲਾਂ ਦੀ ਵੀ ਪੂਰੀ ਨਹੀਂ ਹੋਈ, 15 ਸਾਲਾਂ ਦੀ ਹੋ ਕੇ ਨਾ ਤੇ 16ਵੇਂ ਸਾਲ 'ਚ ਲੱਗੀ। ਮੈਂ ਪਹਿਲਾਂ ਉਹਨੂੰ ਸਮਝਿਆ ਸੀ ਜਿਹੜੀ ਗੋਰੀ ਨਹੀਂ ਸਾਰੀ ਨਹੀਂ ਸੀ, ਮੈਂ ਹੈ ਕੁਰੇ। ਅੱਛਾ, ਨਹੀਂ ਮੈਂ ਉਹਨੂੰ ਸਮਝਿਆ ਸੀ, ਮੈਂ ਕਿਹਾ ਉਹ ਨਾ ਮੇਰਾ ਵਗਰੀ ਜਿਵੇਂ ਦੀ ਇਹਦੀ ਬੇਗਮ ਸੀ ਨਾ ਉਸ ਤਰ੍ਹਾਂ ਦੀ ਹੈ, ਤੇ ਉਂਝ ਕਲਰ ਜ਼ਿਆਦਾ ਵਾਈਟ ਹੈ ਮੇਰਾ ਨਾਲ, ਮੇਰਾ ਵੀ ਚਿੱਟੀ ਗੋਰੀ ਸੀ, ਕਾਲੀ ਤਾਂ ਨਹੀਂ ਸੀ, ਤੇ ਉਂਝ ਇੱਕ ਵਾਰੀ ਆ ਗਈ ਸੀ ਤੇ ਘਰਦਿਆਂ ਤੋਂ ਜ਼ੋਰੀ, ਉਹ ਬੱਚੇ ਅੰਦਰ ਹੋਰੇ ਪੜ੍ਹਦੇ ਹਨ ਪਏ, ਚੱਦਰ ਲੈ ਕੇ ਤਾਂ ਨਿਕਲ ਆਈ, ਦਿਮਾਗ ਨਹੀਂ ਸਹੀ ਸਭਾ। ਅੱਛਾ, ਬੱਚਿਆਂ ਨੂੰ ਘਰ ਛੱਡ ਆਈ? ਹਾਂਜੀ, ਮੈਂ ਕਿਹਾ ਬੱਚਿਆਂ ਦਾ ਲਾ ਕੇ, ਮਾਂ ਪਿਓ ਨਿਕਲਣ ਨਹੀਂ ਦਿੰਦਾ, ਦਾਲ ਆ ਕੇ ਨਿਕਲ ਆਏ, ਫਿਰ ਸਾਰੀ ਰਾਤ ਉਹ ਗੱਡੀਆਂ ਲੈ ਕੇ ਖੱਜਲ ਹੁੰਦੇ ਰਹੇ, ਉਧਰੋਂ ਇਹ ਲੱਭਦੇ ਰਹੇ, ਉਹਨਾਂ ਨੇ ਇਧਰ ਫੋਨ ਨਹੀਂ ਕੀਤਾ, ਉਹ ਤੇ ਕਿਤੇ ਹਸਪਤਾਲ 'ਚ ਜਾ ਕੇ ਰਾਤ ਰਹੀ। ਅੱਛਾ, ਸਾਨੂੰ ਇਹ ਡਰ ਲੱਗਦਾ ਸੀ ਕਿਸੇ ਦੇ ਹੱਥੇ ਨਾ ਚੜ ਜਾਵੇ, ਕਿਉਂਕਿ ਦਿਮਾਗ ਦੀ ਤਾਂ ਪੂਰੀ ਹੈ ਨਾ, ਤੇ ਚੰਗਾ ਮੰਦਾ ਉਹ ਪਹਿਚਾਣ ਹੀ ਨਹੀਂ ਸਕਦੀ, ਤੇ ਉਹ ਐਡੀ ਸਿਆਣੀ ਨਿਕਲੀ ਉਹ ਜਾ ਕੇ ਹਸਪਤਾਲ 'ਚ ਜਿੱਥੇ ਲੋਕ ਸੌਂਦੇ ਨਹੀਂ, ਉਹਨੇ ਆਪ ਦੱਸਿਆ, ਫਿਰ ਆ ਕੇ ਫਿਰ ਇਹ ਆਈ ਨਾ ਇੱਥੇ ਪਿੱਛੇ ਅੱਧਾ ਘੰਟਾ ਹਲੇ ਆਈ ਨੂੰ, ਹੋਏ ਆਉਂਦੇ ਆ ਫਲ ਵੀ ਲੈ ਕੇ ਆਈ, ਮੈਂ ਆਪਣੇ ਬੰਦੇ ਨੂੰ ਮਿਲਣ ਚੱਲੀ ਆ, ਆਂਦੀ ਆਹੋ ਆਇਆ ਸੀ, ਤੇ ਇੱਕ ਰਾਤ ਦੇ ਕਮਰੇ 'ਚ ਜਾ ਕੇ ਮੂੰਹ ਹੱਥ ਧੋ ਕੇ ਮੇਕਅਪ ਕੀਤਾ ਉਸ, ਤੇ ਸਾਰੀ ਉਮਰ ਕੀਤਾ ਨਹੀਂ, ਤੇ ਆਂਦੀ ਹੈ ਇੰਜ ਦੇ ਵੀ ਬੰਦੇ ਹੁੰਦੇ ਨੇ ਵੀ ਪਤਾ ਵੀ ਇਹ ਮੈਂ ਆਈ ਆ, ਤੇ ਬੰਦਾ ਆਪਣੀ ਬੀਵੀ ਨੂੰ ਮੇਲ ਹੀ ਲੈਂਦਾ, ਤੇ ਇਹਨਾਂ ਨੀ ਪਤਾ ਉਹਨੇ ਤਲਾਕ ਤੇ ਉਦੋਂ ਦੀ ਦੇ ਛੱਡੀ ਜਦੋਂ ਦਾ ਉਹਦੇ ਵਲੀਮਾ ਹੋਇਆ, ਤੇ ਮਾਂ ਪਿਓ ਨੂੰ ਵਹਾਇਆ ਵੀ ਤੇ ਆਂਦੀ ਨਹੀਂ ਉਹ ਮੈਨੂੰ ਤਲਾਕ ਨਹੀਂ ਦੇ ਸਕਦੇ, ਮੇਰੇ ਨਾਲ ਬੜਾ ਪਿਆਰ ਕਰਦੇ ਨੇ, ਅਦਰੀਸ ਬਹੁਤ ਮੈਨੂੰ ਛੱਡ ਹੀ ਨਹੀਂ ਸਕਦਾ। ਅਦਰੀਸ ਨਾ? ਹਾਂ, ਤੇ ਅਦਰੀਸ ਸਾਹਿਬ ਨੇ ਘੜੀ ਨਹੀਂ ਲਾਈ ਉਹਨੂੰ, ਭੁਆ ਕੇ ਭਰਾ ਸੁੱਟਣ ਲੱਗੇ, ਮੈਂ ਬੜੇ ਤਰਲੇ ਪਾਏ ਤੇ ਮੇਰੇ ਨਾਲ ਵੀ ਸਿੱਧੀ ਤਾਂ ਨਹੀਂ ਆਉਂਦਾ ਸੀ, ਐਵੇਂ ਕੁਛ ਛੱਡ ਦਿਓ ਮੇਰੀ ਜਾਨ, ਲੱਥ ਜਾਓ ਮੇਰੇ ਕੋਲੋਂ, ਮੈਂ ਬੜਾ ਚਿਰ ਬਰਦਾਸ਼ਤ ਕਰਦਾ ਰਿਹਾ, ਮੈਂ ਨਹੀਂ ਖੁਸ਼ ਰਹਿ ਸਕਦਾ, ਆਪਣੀ ਪਸੰਦ ਦਾ ਕੀਤਾ। ਹਾਂ, ਤੇ ਉਦੋਂ ਚੁੱਪ ਕਰ ਰਿਹਾ ਸੀ, ਜਦੋਂ ਘਰ ਆਈ ਤਾਂ ਪਹਿਲੇ ਤਾਂ ਨਹੀਂ ਆਖਣ ਲੱਗਾ, ਤਾਂ ਬਿਸਤਰਾ ਵੱਖਰਾ ਕਰੋ, ਮੈਂ ਨਹੀਂ ਇਹਨੂੰ ਸੁਣਾ ਆਪਣੇ ਕੋਲ, ਮੈਨੂੰ ਨਹੀਂ ਪਸੰਦ, ਫਿਰ ਉਹ ਵਿਆਹ ਕਰਕੇ ਲਿਆਏ ਹਨ, ਉਹਨਾਂ ਇਹ ਤਾਂ ਲੱਗੇ ਨਹੀਂ ਹਨ ਆਖਣ ਤੁਸੀਂ ਛੱਡ ਆਉਂਦੇ। ਚਾਚੇ ਸਕੇ ਦੀ ਧੀ, ਚਾਚੇ ਤਾਂ ਆਏ ਹੋਏ ਨੇ, ਤੇ ਤੇ ਜਿਹੜੇ ਲਾਹੌਰ ਵਿਆਹੇ ਨੇ ਦੋਵੇਂ, ਤਾਂ ਨਹੀਂ ਕਿ ਉਹ ਸ਼ਕਲ ਸੂਰਤ ਦੀ ਨਹੀਂ ਸੋਹਣੀ, ਸੋਹਣੀ ਹੈ ਬਾਜੀ, ਜਿਹੜੇ ਦਿਓਰ ਇੱਥੇ ਵਿਆਹੇ ਜੇ ਉਹ ਵੀ ਆਪਸ 'ਚ ਰਿਸ਼ਤੇਦਾਰ ਨੇ, ਇੱਕ ਜਿਹੜਾ ਛੋਟਾ ਦਿਓਰ ਹੈ ਜਿਹੜੇ ਨੇ, ਨਹੀਂ ਉਹ ਰਿਸ਼ਤੇਦਾਰਾਂ ਘਰ ਨਹੀਂ ਵਿਆਹਿਆ, ਉਹ ਚਾਚੀ ਨਸਰੀਨ ਹੈ ਨਾ, ਚਾਚੀ ਸੱਸ ਸਾਡੀ, ਉਹਦੇ ਪੇਕਿਆਂ ਦੇ ਵਿੱਚੋਂ ਹੀ, ਚਾਚੀ ਨਸਰੀਨ ਦੇ ਪੇਕਿਆਂ 'ਚੋਂ ਨਹੀਂ, ਦਾਦੀ ਸੱਸ ਹੈ ਨਾ ਜਿਹੜੀ ਸਾਡੀ, ਉਹਦੀ ਆਪਣੀਵੀਂ ਦੀ ਬੱਚੀ ਸੀ ਸਲਮਾ, ਸਾਡਾ ਤੇ ਨਾ ਕੋਈ ਰਿਸ਼ਤਾ ਨਹੀਂ, ਮਜੀਦ ਦਾ ਤੇ ਮੇਰੇ ਨਾਲ ਵੀ 4 ਸਾਲ ਪਹਿਲੇ ਸ਼ਾਦੀ ਹੋਈ ਸੀ, ਤੇ ਛੋਟੇ ਦਾ ਬਾਅਦ ਚੋਂ ਕੀਤਾ ਤੁਹਾਡੇ, ਦੁੱਲੇ ਦਾ ਤੇ ਕੀਤਾ, ਲਤੀਫ ਤੇ ਉਹ ਵੀ ਬਾਅਦ, ਨਹੀਂ ਨਹੀਂ ਉਹਦਾ ਦੀ ਦੂਸਰੀ ਭੈਣ ਜਿਹੜੀ ਆਈ ਹੈ, ਦੋਵੇਂ ਭੈਣਾਂ ਇੱਕ ਹੀ ਘਰ ਨਹੀਂ ਕਹਿੰਦੇ ਉਹ ਸਲਮਾ ਆਪੀ ਵਿਆਹ ਕੇ ਲਿਆਈ ਸੀ ਨਵੀਦ ਦੀ ਬੇਗਮ, ਆਹੋ ਉਹਦਾ ਇਹਦੇ ਮਹਿਰਾ ਨਾਲ ਉਹਨੇ ਪਹਿਲਾਂ ਹੀ ਹੋਇਆ ਸੀ, ਲਤੀਫ ਨਾਲ ਪਹਿਲਾਂ ਹੋਇਆ ਸੀ, ਕਿਉਂਕਿ ਵੱਡਾ ਹੈ ਨਾ ਮੀਦ ਨਾਲ, ਉਹ ਛੋਟਾ, ਮੇਰੇ ਹਾਲ ਚ ਜ਼ੈਨੀ ਦੇ ਵਿਆਹ ਤੇ ਤੁਸੀਂ ਸਾਰੇ ਇਕੱਠੀਆਂ ਆਈਆਂ, ਉਹ ਨਹੀਂ ਆਈ, ਉਹ ਨਹੀਂ ਉਹ ਲੈ ਆਏ ਨੇ ਲੋਰ, ਸਲਮਾ ਆਈ ਹੈ ਨਾ ਤੇ ਉਹ ਗੋਗੀ ਨਹੀਂ ਆਈ, ਤੇ ਮੈਂ ਹੈ ਕੋਨਾ ਦੀ ਬੇਟੀ, ਨਹੀਂ ਉਹਦੀ ਨਹੀਂ ਬੇਟੀ, ਉਹਦੀ ਭੈਣ ਦੀ ਬੇਟੀ ਜਿਹੜੀ ਵਿਆਹ ਕੇ ਲੈ ਕੇ ਆਈ ਹੈ ਨਾ ਭੈਣ ਦੇ ਔਰ ਵਾਲ, ਉਹਦੇ ਜੋ ਬੱਚੇ ਨੇ ਉਹ 2-3 ਪੁੱਤਰ ਹਨ, ਨਹੀਂ ਮੈਂ ਕਹਿੰਦੀ ਮਹਿਕ ਦੀ ਅੰਮੀ ਨਹੀਂ ਆਏ ਤੇ ਮਹਿਕ ਆਈ ਸੀ, ਹਾਂ ਇਹ ਕਹਿੰਦੀ, ਇਹੋ ਤੇ ਆਖਰ ਨਹੀਂ ਆ ਕਿ ਸਲਮਾ ਦੀ ਉਹ ਪਨੇਵੀ ਹੈ ਤੇ ਨਾਲੇ ਸਮਝਦੇ ਦਿਓਰ ਦੀ ਬੱਚੀ ਦੱਬਾ ਰਿਸ਼ਤਾ ਹੈ, ਉਂਝ ਰਹਿੰਦੀ ਉਹ ਇਹਨਾਂ ਵਾਲੀ ਹੈ ਤੇ ਮੁੰਡੇ ਉਹਦੇ ਕੋਲ ਨੇ 3, ਅੱਛਾ ਇਕੱਠੀਆਂ ਨਹੀਂ ਰਹਿੰਦੀਆਂ, ਨਹੀਂ ਪਹਿਲੇ ਰਹਿੰਦੀਆਂ ਹਨ 20-22 ਸਾਲ ਨਾਲ ਰਹੀਆਂ ਨੇ 19 ਸਾਲ, ਫਿਰ ਉਹ ਜਿਹੜੀ ਹੈ ਨਾ ਬੀਬੀ ਉਹ ਹੈ ਵੀ ਹਾਫਜ਼ਾ ਵੀ ਆ,
ਪਰ ਇਹਦੇ ਨਾਲ ਨਹੀਂ ਬਰਦਾਸ਼ਤ ਕਰਦੀ ਤੇ ਨਾਲੇ ਪੈਣਾ ਦੋ ਪੈਣਾ ਨਾ ਪਾਰਟੀ ਸਲੂਕ ਸਹੀ ਗੱਲ ਹੈ ਉਹ ਫਿਰ ਉਹਨੂੰ ਉਤਲਾ ਪੋਸ਼ਣ ਦੇ ਦਿੱਤਾ ਨਹੀਂ ਅੱਧਾ ਹਿੱਸਾ ਵੈਸੇ ਉਹਦੇ ਕੋਲ ਤੇ ਅੱਧਾ ਇਹਦੇ ਕੋਲ ਉਹ 10-15 ਮਰਲੇ ਜਗ੍ਹਾ ਹੈ ਜਿਹਦੇ ਚੋਂ ਥੱਲੋਂ ਛੱਤ ਕਿਤੇ ਉੱਤੇ ਵੀ ਚੁਬਾਰਾ ਛੱਤੇ ਹੈ ਅਤੇ ਨਾਲੇ ਇਹਦਾ ਹਿੱਸਾ ਭਰਾ ਕੀਤਾ ਉਹਦੇ ਵਿੱਚ ਡਾਲੇ ਛਾਲੇ ਭਰਦੇ ਨੇ ਅਤੇ ਉਂਝ ਇਹ ਵੇਖ ਕੇ ਦਿਓਰ ਬੜਾ ਬਾਈ ਇੱਜ਼ਤ ਕਰਦਾ ਇਹਦੀ ਉਹ ਮਾਂ ਜੀ ਕਹਿੰਦਾ ਕਮਾ ਕੇ ਹੁਣ ਨਹੀਂ ਵੀ ਕਮਾਉਣ ਜੋਗੇ ਤਾਂ ਫਿਰ ਵੀ ਉਹ ਸਭ ਕੁਝ ਇਹਨਾਂ ਦਾ ਖਰਚ ਚੁੱਕਦਾ ਮਜੀਦ ਕਦੀ ਕਰਦਾ ਵੀ ਇਹ ਕੰਮ ਸ਼ੂਗਰ ਵਾਲਾ ਬੰਦਾ ਹੈ ਪਰ ਨਹੀਂ ਵੀ ਕਦੀ ਹੁੰਦਾ ਪਰ ਉਹ ਬੜੀ ਖਿਦਮਤ ਕਰਦਾ ਬੜੀ ਇੱਜ਼ਤ ਕਰਦਾ ਉਹ ਭਾਵੇਂ ਬਿੱਡੀ ਬੋਲੇ ਨਾ ਬੋਲੇ ਉਹ ਤੇ ਮਾਂ ਦੀ ਘੁੱਟ ਕੇ ਵੀ ਸੌਂਦਾ ਰਾਤ ਨੂੰ ਬੜਾ ਚੰਗਾ ਪੁੱਤਾ ਰਿਹਾ ਮੈਂ ਉਹਨਾਂ ਨੂੰ ਪਹਿਲੀ ਦਫ਼ਾ ਨਾ ਜ਼ੈਨੀ ਅਤੇ ਫਾਤਮਾ ਦੀ ਉਹਦੇ ਤਾਂ ਵੇਖਿਆ ਸੀ ਨਿਕਾਹ ਤਾਂ ਵੀ ਆਏ ਸਨ ਹਾਂ ਆਏ ਸਨ ਮੈਂ ਵੇਖਿਆ ਮੈਂ ਕਿਹਾ ਬੀਬੀ ਸਲਮਾ ਨਹੀਂ ਸੀ ਆਈ ਸਲਮਾ ਨਹੀਂ ਸੀ ਆਈ ਸਿਰਫ ਮਜੀਦ ਆਇਆ ਸੀ ਤੇ ਨਵੀਦ ਆਇਆ ਸੀ ਤੇ ਉਹਦੇ ਦੋ ਬੱਚੇ ਨਾਲ ਆਏ ਸਨ ਨਹੀਂ ਤੇ ਬਾਜੀ ਸਲਮਾ ਦੀ ਭੈਣ ਨਹੀਂ ਸਨ ਆਏ ਨਾ ਕੋਈ ਵੀ ਨਹੀਂ ਆਏ ਉਹ ਤੇ ਆਖਿਆ ਮਜੀ ਫੋਤ ਹੋ ਗਿਆ ਨਾ ਨਨਾਨਵੀ ਆ ਮੇਰਾ ਪਿਆਜ਼ ਅਤੇ ਉਹਦੇ ਫੋਤਗੀ ਤੇ ਵੀ ਨਹੀਂ ਆਏ ਫਿਰ ਇਸ ਗੱਲ ਦਾ ਇਹਨਾਂ ਬੜਾ ਹੀ ਡੰਨ ਪਾਏ ਸਨ ਤੇ ਫਿਰ ਇੱਕ ਫਿਰ ਆਈ ਸੀ ਤੇ ਉਹ ਆਪ ਹੀ ਆਉਂਦੇ ਪੇਕੇ ਹੁਣ ਮੇਰੇ ਹੀ ਜ਼ੈਨੀ ਦੇ ਵਿਆਹ 'ਤੇ ਨਹੀਂ ਨਾ ਆਈ ਅਤੇ ਦੁਲੇ ਨੇ ਇਸ ਗੱਲ ਦਾ ਵੀ ਡੰਨ ਪਾਇਆ ਸੀ ਆਂਦਾ ਸੀ ਸਾਡੇ ਵਿਆਹ 'ਤੇ ਨਹੀਂ ਸੀ ਆਈ ਅਤੇ ਪੇਕੇ ਜਾਇਆ ਜਾਂਦਾ ਸੂ ਲਾਹੌਰ ਕੋਈ ਚਾਚਾ ਸਹੁਰਾ ਨਾ ਸਾਡਾ ਉਹਦੇ ਵਿਆਹ 'ਤੇ ਇਹ ਜਾਇਆ ਜਾਂਦਾ ਪੇਕੇ ਜਾ ਸਕਦੀ ਹੈ ਅਤੇ ਸਾਡੇ ਵਿਆਹ 'ਤੇ ਇੱਥੇ ਨਹੀਂ ਆਈ ਹਾਲੇ ਕਿ ਮੈਂ ਤਾਂ ਇਹ ਜ਼ਿਕਰ ਵੀ ਨਹੀਂ ਕੀਤਾ ਲੇਕਿਨ ਉਹ ਡੰਨ ਪਾਉਂਦਾ ਸੀ ਪਿਆ ਨਾਲੇ ਲੜਾਈ ਹੋਈ ਸੀ ਨਾ ਮਜੀਦ ਨਾਲ ਅਤੇ ਫਿਰ ਉਹ ਡਿਆ ਸੀ ਬਹਿਸ ਕਰ ਆਉਂਦਾ ਸੀ ਉੱਥੇ ਚਾਚਾ ਹੈ ਨੇ ਇਹਨੂੰ ਜਾਣ ਦੀਆਂ ਨਾਲੇ ਨਵੀਦ ਨੂੰ ਘੱਲਣ ਦੀਆਂ ਚਾਚਾ ਹੈ ਨੇ ਅਤੇ ਆਪਣੇ ਘਰ ਵਿਆਹ 'ਚ ਆਈ ਨਹੀਂ ਹੈ ਅੱਗੋਂ ਇਹ ਚੁੱਪ ਕਰ ਰਹਿੰਦੀ ਅੱਬਾ ਜੀ ਬਿਮਾਰ ਸਨ ਨਾ ਅਤੇ ਥੱਲੇ ਨਹੀਂ ਸੀ ਆਉਂਦੀ ਅੱਛਾ ਅਤੇ ਫਿਰ ਮਜੀਦ ਨੇ ਬੜੀ ਲੜਾਈ ਕੀਤੀ ਕਹਿੰਦਾ ਸੀ ਮੈਂ ਇਹਨੂੰ ਮਾਫ਼ ਹੀ ਨਹੀਂ ਕਰਨਾ ਪਿਓ ਬਿਮਾਰ ਸੀ ਲੜਾਈ ਇਹਦੀ ਸਾਡੇ ਨਾਲ ਸੀ ਜਦੋਂ ਅਸੀਂ ਨਹੀਂ ਹੁੰਦੇ ਉਦੋਂ ਹੀ ਸਾਡੇ ਪਿਓ ਨੂੰ ਆ ਕੇ ਪੁੱਛਦੇ ਫਿਰ ਕਿਤੇ ਮਾਫ਼ੀ ਮੂਫ਼ੀ ਮੰਗੀ ਨੇ ਫਿਰ ਸੁਲਾਹ ਕਰਾਈ ਇਹਨਾਂ ਨੇ ਅੱਛਾ ਦੁੱਲੇ ਹੁਣਾਂ ਨਾ ਸਾਰਿਆਂ ਜਾ ਕੇ ਰਾਣੀ ਹੁਣਾਂ ਨੂੰ ਸੁਲਾਹ ਕਰਾਈ ਸੀ ਤੁਸੀਂ ਸਾਰੇ ਤਾਂ ਲਾਹੌਰ ਘੱਟ ਹੀ ਆਉਂਦੇ ਹੋ ਨਹੀਂ ਜਾਂਦੇ ਹਾਂ ਜਦੋਂ ਕੋਈ ਜਿੱਦਾਂ ਕੋਈ ਮੌਕਾ ਹੋਵੇ ਹਰ ਵੇਲੇ ਹਾਂ ਕਦੀ ਦਾਵਤ ਦੇ ਕੇ ਆਉਂਦੇ ਨੇ ਆਓ ਬਾਈ ਸਾਡੇ ਵੱਲ ਤੇ ਫਿਰ ਤਾਂ ਰਲ ਕੇ ਸਾਰੇ ਜਾਂਦੇ ਛੋਟੀ ਸਾਰੀ ਜਾਣੀ ਤੇ ਨਾ ਇਹਦਾ ਜੀਵਾਂ ਦਾ ਵਿਆਹ ਸੀ ਵਾਲ ਬੜੇ ਪਤਾ ਭਾਰੇ ਲੰਬੇ ਹੋ ਜੂਆਂ ਪਈਆਂ ਸਾਡੇ ਮੁੱਖਾ ਨਹੀਂ ਆ ਇੱਕ ਦਿਨ ਚਾਚੀ ਆਈ ਉਸ ਉਹਨੇ ਵੇਖਿਆ ਤੇ ਆਂਦੀ ਬਾਜੀ ਤਾਰੇ ਮੇਰੇ ਦਾ ਤੇਲ ਲਿਆਓ ਰਾ ਮੈਂ ਲਿਆ ਕੇ ਦਿੱਤਾ ਉਹਦੇ ਸਿਰ ਤੇ ਸਾਰੇ ਚੱਸ ਕੇ ਨਾ ਤੇ ਫਿਰ ਨਾ ਬਰੀਕ ਅੰਗੀ ਫੇਰੀ ਉਸ ਨਿਕਲੀਆਂ ਜੂਆਂ ਤੇ ਫਿਰ ਬਾਅਦ ਚੋਂ ਆਉਂਦੀ ਹੁਣ ਧੋ ਲੈ ਆਂਦੀ ਇਹ ਦੋ ਤਿੰਨ ਵਾਰ ਬਾਜੀ ਇੰਜ ਕਰਕੇ ਇਹਦਾ ਕਰੋ ਸਿਰ ਤੇ ਵੇਖੇ ਦੇ ਕਿਉਂਕਿ ਆਪਣੇ ਵੀ ਉਹਦੀਆਂ ਕੁੜੀਆਂ ਦੇ ਵੀ ਤੇ ਸਰਦ ਅਤੇ ਨਾ ਉਹਦੇ ਆਪਣੇ ਵੀ ਬੜੇ ਵਾਲ ਭਾਰੇ ਨੇ ਓਡੀ ਧੋਣ ਨਹੀਂ ਮੋਟੀ ਜਿਹੀ ਗੁੱਤ ਮੋਟੀ ਅਤੇ ਵੇਖਿਆ ਮਹਿੰਦੀ ਦੀ ਮੂਵੀ ਨਹੀਂ ਵੇਖ ਕੇ ਕਲਿੱਪ ਲਾ ਕੇ ਪਿੱਛੇ ਨੱਚਦੀ ਸੀ ਐਡੀ ਸੋਹਣੀ ਉਹਦੀ ਮੂਵੀ ਲੱਗਦੀ ਹੈ ਕਿਹਦੀ ਮਹਿੰਦੀ ਦੀ ਕਹਿੰਦੇ ਇਹਦੀ ਜਾਜਬ ਦੀ ਮਹਿੰਦੀ 'ਤੇ ਨਾ ਕਲਿੱਪ ਪਿੱਛੇ ਲਾਇਆ ਹੋਊ ਅਤੇ ਨੱਚਦੀ ਫੇਰੀਆਂ ਵੀ ਪਾਉਂਦੀ ਪਿੱਛੇ ਐਡੇ ਲੰਮੇ ਰੂਬੀ ਮੇਰੀ ਕੁੜਮਣੀ ਆਉਂਦੀ ਸੀ ਬਾਜੀ ਕੁੜਮਣੀ ਯਾਰ ਮਸਾਰਾ ਤੇ ਜੈਨੀ ਦੀ ਸੱਸ ਦੀ ਮੈਂ ਨਹੀਂ ਮੂਵੀ ਤੁਸੀਂ ਮੈਨੂੰ ਵਿਖਾਈ ਨਹੀਂ ਹੈ ਫਰਾਂਦਾ ਹੋਣੀ ਨਾ ਇਹ ਆਸ ਪਾਣੀ ਬੜੀਆਂ ਸਿਆਣੀਆਂ ਨੇ ਆਪਣਿਆਂ 'ਤੇ ਕਰਦੀਆਂ ਨੇ ਦੂਸਰਿਆਂ 'ਤੇ ਨਹੀਂ ਕਰਦੀਆਂ ਅਤੇ
ਨਾਲੇ ਢੋਲਕੀ ਵੀ ਜਾਂਦੀ ਹੈ, ਰੋਜ਼ ਬਾਹਰ ਚੜ੍ਹ ਜਾਂਦਾ ਸੀ, ਪਰ ਰੋਜ਼ ਫੇਰੀਆਂ ਪਾਉਂਦੀ ਸੀ ਅਤੇ ਡਾਂਸ ਕਰਦੀ। ਸੁੰਡੀ ਨਹੀਂ ਜਿਵੇਂ ਭੁੜਕਦੀ, ਬਿਲਕੁਲ ਇੰਝ ਹੀ ਭੁੜਕਦੀ ਹੈ, ਅਤੇ ਦਿਨ ਚੜ੍ਹਦਿਆਂ ਬਾਹਰ ਚੜ੍ਹ ਜਾਂਦਾ ਸੀ, ਫਿਰ ਦਵਾਵਾਂ ਖਾਂਦੀ ਸੀ, ਕਟਾਉਂਦੀ ਸੀ, ਦਵਾ ਲੈ ਕੇ ਆਉਂਦੀ ਸੀ, ਅਤੇ ਰਾਤ ਨੂੰ ਫਿਰ ਉਹੀ ਕੰਮ ਸ਼ੁਰੂ ਕਰ ਦਿੰਦੀ। ਇੰਨਾ ਚਾਹ ਪੁੱਤਰ ਦਾ ਵਿਆਹ ਉਹਦਾ, ਅਤੇ ਉਹ ਮੇਰੀ ਕੁੜਮਣੀ ਆਉਂਦੀ, ਬਾਜੀ ਕੁੜਮਣੀ ਤਾਂ ਤੁਹਾਡੀ ਬੜੀ ਮਾਡਰਨ ਹੈ। ਮੈਂ ਕਿਹਾ ਮੈਂ ਮਾਡਰਨ, ਕੁੜਮਣੀਆਂ ਹੀ ਸਹੇੜੀਆਂ ਨੇ, ਵੀ ਚੁਬੇ ਉਹਨੂੰ ਵੀ ਪੀ ਹੁੰਦੀ ਯਾਰ, ਪਤਾ ਹਰ ਮੌਕੇ 'ਤੇ ਮੇਕਅਪ ਕਰਦੀ ਹੈ ਨਾ, ਸੋਹਣੀ ਬੜੀ ਲੱਗਦੀ ਹੈ ਰੂਬੀ। ਹਾਂ ਨਕਸ਼ ਵੇਖਿਆ ਕਿੱਡੀ ਕਿੱਡੀ ਮੋਟੀ ਅੱਖ ਸੀ, ਅਤੇ ਵਾਲ ਬੜੇ, ਅਤੇ ਵਾਲ ਬਹੁਤ ਲੰਬੇ ਸੀ ਰੂਬੀ ਦਾ। ਹਾਂ ਬਹੁਤ ਜ਼ਿਆਦਾ, ਹੁਣ ਇੱਥੇ ਆਉਂਦੀ ਆ ਕੇ ਲੱਥ ਗਏ ਨਾ, ਘੱਟ ਹੋ ਗਿਆ, ਨਾਲੇ ਕਟਿੰਗ ਕਰਾ ਕੇ ਨਾ ਇੰਨੇ ਕਰਾ ਲਏ। ਮੈਨੂੰ ਤਾਂ ਬੇਟੀ ਹਰੀ ਬੜੀ ਪਿਆਰੀ ਲੱਗਦੀ, ਦੋਵੇਂ ਬੇਟੀਆਂ ਬੜੀਆਂ ਪਿਆਰੀਆਂ, ਛੋਟੀ ਵੀ ਬੇਲਾ ਵੀ, ਕੀ ਨਾਂ ਛੋਟੀ ਦਾ ਕੀ ਨਾਂ ਹੈ, ਅਬੀਹਾ, ਉਹ ਜ਼ਿਆਦਾ ਸੋਹਣੀ, ਵੱਡੀ ਨਕਸ਼ ਬੜੇ ਸੀ, ਵੱਡੀ ਦਾ ਰੰਗ ਸਾਵਲਾ ਹੈ, ਲੇਕਿਨ ਉਹ ਤੜੀਆਂ ਨਾ ਮਾਰ ਮੈਨੂੰ ਲਾ ਦੀ ਜੇ। ਅੱਛਾ ਅੱਛਾ, ਬੜੇ ਨਕਸ਼ ਦੇ ਮਿਲਦੇ ਨੇ ਉਂਝ। ਨਹੀਂ ਯਾਰ ਉਹਨਾਂ ਬੜੀ ਸੋਹਣੀ ਬਾਜੀ, ਉਹ ਐਡੀ ਪਿਆਰੀ ਹੈ ਉਹ ਵੀ। ਨਹੀਂ ਤੜੀ ਰੁਸ਼ਵਾ ਕਹਿੰਦੀ ਸੀ ਵੀ ਉਹਦੇ ਇਸ ਤਰ੍ਹਾਂ ਦੇ ਮਾਮੀ, ਉਹਦੇ ਨਕਸ਼ ਨੇ ਕਿ ਉਹਦੇ ਤੋਂ ਮੇਕਅਪ ਕਰੋ ਨਾ, ਜਿਹੜਾ ਵੀ ਉਹਦੇ ਤੋਂ ਉੱਠਦਾ ਹੀ ਬੜਾ ਖਾਸ ਹੈ, ਬਾਰਾਂ ਵਾਲਾ ਦਾ ਰੰਗ ਸਾਂਭ ਲੈ, ਅੰਨਮ ਦੇ ਨਕਸ਼ੇ ਐਡੇ ਸੋਹਣੇ ਲੱਗਦੇ, ਹੋਰ ਮੇਰੀ ਪਤਰੀ ਹੈ ਦਾਦਾ ਵੀ ਹੈ, ਇਹ ਗੱਲ ਹੀ ਮੈਨੂੰ ਤਾਂ ਐਡੀ ਸੋਹਣੀ ਅਨਮ ਲੱਗਦੀ, ਸਾਰਿਆਂ ਵਿੱਚ ਹੀ ਸੋਹਣੀ, ਸਭ ਸੋਹਣੀ, ਅਤੇ ਉਹਦੀ ਮਾਂ ਮੈਨੂੰ ਖੁਸ਼ ਕਰ ਛੱਡਦੀ ਜਾਂਦੀ ਸਾਰੀ ਚੀਨਾ 'ਤੇ ਵੇ, ਲੰਮੀ ਵੀ ਅਤੇ ਨਕਸ਼ਾਂ ਦੀ, ਅੱਛਾ ਚਲੋ ਸੌ ਵੀ ਸੁਣਿਲਾ, ਕੁੱਤੀਆਂ 'ਤੇ ਵੀ ਹੋਣਾ ਕੋਈ ਗੁਨਾਹ ਤਾਂ ਨਹੀਂ। ਮੈਂ ਹੁਣ ਨਾ, ਮੈਂ ਮੇਰੀਆਂ ਜਿਹੜੀਆਂ ਹਜ਼ਾਰਾਂ ਨੂੰ ਸਿਆਣੀ ਨਾ ਅੱਬਾਜੀ ਜੀ ਨਾ ਵਗਰੀ ਜਾਂਦੀ। ਅੱਛਾ ਹਾਂ, ਇਹਨਾਂ ਮੇਰੀ ਪੁੱਖੀਆਂ ਜਿਹੜੀਆਂ ਸਨ ਨਾ, ਸਾਡੇ ਨਾਲ ਬੜੀਆਂ ਜ਼ਿਆਦਾ ਸੋਹਣੀਆਂ ਸਨ, ਅਤੇ ਮੈਂ ਅੱਬੂ ਦੀ ਉਹ ਬਣੇ ਨੇ ਅੰਮੀ, ਉਹਨਾਂ ਤੋਂ ਮਾਂ ਬਣੀ ਹੈ, ਅਤੇ ਮੈਂ ਉਹਨਾਂ ਨੂੰ ਮਿਲ ਕੇ ਆਈ, ਅਤੇ ਮੈਂ ਕਿਹਾ ਤੁਸੀਂ ਪਹਿਚਾਣਿਆ ਜੇ, ਕਹਿੰਦਾ ਮੈਂ ਨਹੀਂ ਪਹਿਚਾਣਿਆ ਤਾਂ ਨਹੀਂ, ਤੂੰ ਨਹੀਂ ਰਾਤ ਲੱਗਦੀ। ਮੈਂ ਕਿਹਾ ਮੇਰੇ ਪੁੱਪੋ ਤਾਂ ਇੰਨੇ ਪਿਆਰੇ, ਕਹਿੰਦੇ ਨਹੀਂ ਤੇਰੀ ਬੜੀ ਮੁਸ਼ਾਬਤ, ਥੋੜ੍ਹਾ ਬਹੁਤ ਮਿਲਦੀ ਮਿਲਦੀ ਹੋਣੀ ਸ਼ਕਲ ਤਾਂ, ਕਹਿੰਦੇ ਨਾ ਤੇਰੀ ਨਾ ਆਪਣੀ ਪੁੱਪੀ ਆ, ਮੈਨੂੰ ਆਉਂਦੇ ਨੇ, ਮੈਂ ਆਪਣੀ ਪੁੱਪੀ ਵਗਰੀ ਹਾਂ, ਲੇਕਿਨ ਪੁੱਪੀ ਦਾ ਕੱਦ ਛੋਟਾ ਜਿਹਾ ਸੀ, ਅਤੇ ਮਾੜੀ ਜਿਹੀ ਨਾ ਸ਼ਕਲ ਤੋਂ ਆਉਂਦੇ ਹੋਣੇ, ਅਤੇ ਸ਼ਕਲ ਦੀ ਵੀ ਉਹਨਾਂ ਦੀ ਯਾਰ ਮੇਰੇ ਤੋਂ, ਹਾਂ ਉਹਦਾ ਜਿਹੜਾ ਮੁੰਡਾ ਜਿਹਾ ਬਾਹਰੋਂ ਆਇਆ ਨਾ ਭਾ ਖਾਨ, ਉਹਦੇ ਨਾਲ ਮੇਰੀ ਸ਼ਕਲ, ਦੰਦ ਵੀ ਮੇਰੇ ਵਾਂਗੂ ਵਿਰਲੇ ਸੀ, ਅਗਾਂਹ ਨਿਕਲੇ, ਅਤੇ ਉਂਝ ਵੈਸੇ ਉਹਦਾ ਕੱਦ ਛੋਟਾ ਸਾਰਾ ਮੇਰਾ, ਮੈਂ ਤਾਂ ਉਹਦੇ ਨਾਲ ਐਡੀ ਲੰਮੀ ਹਾਂ ਭਾ ਖਾਨ ਨਾਲ, ਭਾ ਤਾਂ ਮੇਰੇ ਮੋਢਿਆਂ ਜਿੱਡਾ ਦਾ ਸਿਰ ਹੈ, ਅਤੇ ਮੈਂ ਕਿਹਾ ਚਲੋ ਸੌ ਵੀ ਮਿਲਾ, ਕਲਰ ਵਾਈਟ ਹੈ ਭਾ ਖਾਨ ਦਾ, ਮੈਂ ਕਿਹਾ ਚਲੋ ਜੇ ਉਹਦੇ 'ਤੇ ਵੀ ਆਉਂਦੇ ਤਾਂ ਸਭਾ, ਇਹ ਪਤਾ ਕੀ ਹੈ ਹਿਸਾਬ ਕਿਤਾਬ ਹੈ ਸਭਾ, ਜੇ ਇਹ ਪਹਿਲਾਂ ਵਿਆਹ 'ਤੇ ਆ ਜਾਂਦਾ ਤਾਂ ਇਹਦੇ ਨਾਲ ਮੈਨੂੰ ਵਿਆਹ ਛੱਡਣਾ ਸੀ, ਮੇਰੇ ਅੱਬੇ ਨੇ ਹਿਸਾਬ ਲਾ ਲਿਆ, ਮੈਂ ਚੋਂ ਬੱਚਿਆਂ ਦੀ ਮਾਂ ਜਦੋਂ ਬਾਹਰੋਂ ਆਇਆ ਅਤੇ ਉਹ ਆਇਆ ਅਤੇ ਉਹਦੀ ਚਿੱਟੀ ਦਾੜੀ ਅਤੇ ਇੰਨਾ ਕੁ ਜਿਹਾ ਕੱਦ, ਅਤੇ ਮੈਂ ਐਡੀ ਲੰਮੀ, ਅਤੇ ਮੇਰੀ ਫੁੱਫੀ ਆ ਕੇ ਰੋਵੇ ਜੇ ਮੇਰਾ ਖਾਨ ਆ ਜਾਏਗਾ ਅਤੇ ਮੰਦੀ ਨਾ ਰਿਸ਼ਤਾ ਮੈਨੂੰ ਦੇ ਦੇਗਾ ਛੀਨਾ ਦਾ, ਆਉਂਦੇ ਨੇ ਆਹੋ ਸੌ ਬਿਸਮਿਲਾ ਆ ਜੇ, ਮੈਂ ਭੈਣ ਤੋਂ ਨੱਸਿਆ ਵਾ, ਹਾਂ ਮੈਂ ਕਿਹਾ ਭੈਣ ਦੀ ਮੁਹੱਬਤ ਵਿੱਚ ਮੈਨੂੰ ਕੁਰਬਾਨ ਕਰਨਾ ਸਣੇ, ਉਹ ਐਡਾ ਐਡਾ ਸਿਰ ਹੈ ਸਭਾ ਉਹਦਾ ਐਡਾ, ਅਤੇ ਹੋਣਾ ਹੀ ਨਹੀਂ ਸੀ, ਬਹਰ ਹਾਲੋਂ ਮੈਂ ਸੋਚਦੀ ਹਾਂ ਕਿ ਅੱਲਾ ਜੇ ਪਹਿਲਾਂ ਆ ਜਾਂਦਾ ਅਤੇ ਇਹਦੇ ਨਾਲ ਮੈਨੂੰ ਵਿਆਹਣਾ ਸੀ, ਮੈਨੂੰ ਤਾਂ ਇਸ ਗੱਲ ਦਾ ਬੜਾ ਦੁੱਖ ਹੈ, ਮੇਰੇ ਬੰਦੇ ਦਾ ਕੱਦ ਪੂਰਾ, ਮੇਰੇ ਤੋਂ ਉੱਚਾ ਨਹੀਂ ਹੈ, ਮੈਨੂੰ ਬੜਾ ਸ਼ੌਕ ਹੁੰਦਾ ਕਿ ਜਨਾਨੀ ਨਾ ਕੰਧਿਆਂ ਜਿੱਡੀ ਹੋਵੇ, ਅਤੇ ਮੈਨੂੰ ਉਹ ਹੀ ਨਹੀਂ ਦੁੱਖ ਭੁੱਲਦਾ, ਅਤੇ ਇਹਦਾ ਮਤਲਬ ਕਿ ਉਦੋਂ ਵੀ ਛੋਟੇ ਨਾਲ ਮੈਨੂੰ ਵਿਆਹ ਛੱਡਣਾ ਹਨ, ਫਿਰ ਮੈਂ ਆਖਾਂ ਅੱਲਾ ਤੇਰਾ ਸ਼ੁਕਰ ਹੈ ਭਾ ਖਾਨ ਬਾਅਦ 'ਚੋਂ ਆਏ ਹੈ, ਜੇ ਪਹਿਲਾਂ ਆ ਜਾਂਦਾ ਤਾਂ ਇਹਦਾ ਮਤਲਬ ਕਿ ਮੈਨੂੰ ਤਾਂ ਉਹ ਜਿਵੇਂ ਖੂੰਟੀ ਨਾ ਬੰਨੀ ਦਾ ਬੱਕਰੀ ਨੂੰ, ਉਹ ਹੀ ਨਾ ਕਿ ਮੈਂ ਫਿਰ ਇਹਦੀ ਬੀਵੀ ਹੋਣਾ ਸੀ, ਅਤੇ ਇਹਦਾ ਮਤਲਬ ਕਿ ਮੇਰੀ ਲੜਦੇ ਹੀ ਲੰਘਣੀ ਸੀ ਸਾਰੀ ਉਮਰ, ਲੜਾਕੇ ਨਹੀਂ ਉਹ ਤਾਂ ਨਹੀਂ ਲੜਕਾ, ਮੈਂ ਤਾਂ ਲੜਨਾ ਸੀ ਨਾ, ਮੈਂ ਤਾਂ ਆਖਣਾ ਸੀ ਮੇਰੇ ਪੱਲੇ ਕੀ ਪਿਆ, ਅਤੇ ਮੈਂ ਸ਼ਾਇਦ ਗੁਜ਼ਾਰਾ ਵੀ ਨਾ ਹੁੰਦਾ, ਨਹੀਂ ਬਈ ਮੈਨੂੰ ਕੀ ਪਤਾ ਉਹ ਲੜਾਕੇ ਨੇ, ਫਿਰ ਮੈਂ ਕਿਹੜਾ ਉਹਨਾਂ ਕੋਲ ਜ਼ਿਆਦਾ ਰਹੀ ਹਾਂ, ਕਦੀ ਕਦੀ ਤਾਂ ਉਹ ਤਾਂ ਸਿਰ 'ਤੇ ਪਿਆਰ ਦਿੰਦੇ ਨੇ, ਇੰਨੇ ਲਾਡ ਕਰਦੇ ਨੇ, ਐਡਾ ਮਿੱਠਾ ਬੋਲਦੇ ਨੇ, ਤਾਂ ਹੋ ਜੇ ਨਾ ਹੁਣ ਮੇਰੀ ਗੱਲ ਸੁਣੋ ਤੁਸੀਂ ਆਪਣੇ, ਮੈਂ ਤਾਂ ਬਈ ਉਹਦੇ ਬਾਹਰ ਜਾਣ ਤੋਂ ਬਾਅਦ ਪੈਦਾ ਹੋਈ ਹਾਂ ਸਭਾ, ਅੱਛਾ, ਤੇ ਮੈਂ ਚਾਰ ਬੱਚਿਆਂ ਦੀ ਮਾਂ ਸੀ ਜਦੋਂ ਆਇਆ ਸੀ, ਉਦੋਂ 18-20 ਸਾਲਾਂ ਦਾ ਤਾਂ ਬਈ ਹੈ ਸੀ ਨਾ ਜਦੋਂ ਗਿਆ, ਮੈਨੂੰ ਕੀ ਪਤਾ ਹੈ, ਬਾਹਰ ਬਾਹਰ ਜਦੋਂ ਜਾਏ ਜਵਾਨ ਹੀ ਬੰਦਾ ਜਾਂਦਾ ਨਾ, ਘੱਟ ਤੋਂ ਘੱਟ 18-19 ਸਾਲ ਤੇ ਹੁੰਦੇ ਹੀ ਨੇ ਨਾ, ਤੇ ਮੈਂ ਉਸ ਤੋਂ ਬਾਅਦ ਜਾਣ ਤੋਂ ਬਾਅਦ ਮੈਂ ਪੈਦਾ ਹੋਈ ਹਾਂ, ਇਹ ਨਹੀਂ ਮੈਨੂੰ ਪਤਾ ਹੁਣ ਸਾਲ ਬਾਅਦ ਹੋਈ ਹਾਂ ਕਿ 2 ਸਾਲ ਬਾਅਦ, ਤੇ ਤੂੰ ਹਿਸਾਬ ਲਾ ਲੈ ਕਿ ਉਦੋਂ ਮੈਂ ਜਵਾਨ ਹੋਈ ਅਤੇ ਉਸ ਹਿਸਾਬ ਨਾਲ ਫਿਰ ਉਹ ਕਿੰਨਾ ਕੁ ਵੱਡਾ ਮੇਰੇ ਤੋਂ ਹੋਏਗਾ, ਫਿਰ ਮੇਰੀ ਅੰਮਾ ਅਤੇ ਅੱਬੇ ਦਾ ਹਿਸਾਬ ਹੋ ਜਾਣਾ, ਉਹ ਤਾਂ ਕਹਿੰਦੇ ਨੇ ਜ਼ਿਆਦਾ ਫਰਕ, ਅੰਮਾ ਮੇਰੀ ਅੰਮਾ ਦਾ ਤਾਂ 30-35 ਸਾਲਾਂ ਦਾ ਫਰਕ ਹੈ, 40 ਸਾਲਾਂ ਦਾ ਸਮਝ ਲਓ, ਅਤੇ
ਮੇਰਾ ਵੀ ਫਿਰ ਇਹੋ ਹੀ ਹਿਸਾਬ ਹੋਣਾ ਸੀ। ਬਸ ਇੱਥੇ ਜਿੱਥੇ ਬਾਜੀ ਨਸੀਬ ਨਹੀਂ ਨਹੀਂ ਮੈਂ ਤਾਂ ਆਖਣ ਨਹੀਂ ਕਿ ਅੱਲਾ ਤੇਰਾ ਲੱਖ ਲੱਖ ਸ਼ੁਕਰ ਹੈ, ਮੈਂ ਉਦੋਂ ਪਹਿਲਾਂ ਵਿਆਹ ਕਰਤੀ ਹਾਂ ਜੇ ਨਾ ਮੈਂ ਵਿਆਹ ਜਾਂਦੀ ਮੇਰੇ ਮੇਰੇ ਪਿਓ ਨੇ ਇਹਦੇ ਨਾਲ ਮੈਨੂੰ ਵਿਆਹਣਾ ਸੀ। ਪੁਰਾਣੇ ਵਕਤਾਂ 'ਚ ਬਾਜੀ ਨਹੀਂ ਸੀ ਦੇਖਿਆ ਜਾਂਦਾ, ਪਹਿਲਾਂ ਆਉਂਦੇ ਹੁੰਦੇ ਹਨ ਜਿਹੜਾ ਰਿਸ਼ਤਾ ਹੈ ਉਹ